ਮੰਦਰ ਮਾਹੇ ਸੁਹੰਦੀਆਂ ਹਰ ਬਿਰ ਸੰਗ ਬੈਠੜੀਆਂ ਤਿੰਨ ਕੀ ਸ਼ੋਭਾ ਤਿਆਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੌਲਿਆ ਰਾਮ ਸਿਓ ਸੰਗ ਸਾਧ ਸਹੇਲੜੀਆਂ ਸਾਧ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਤਿੰਨ ਦੁੱਖ ਨ ਕਬਹੂੰ ਉੱਤਰੈ ਸੇ ਜਮ ਕੈ ਵਸ ਪੜੀਆਂ ਜਿੰਨੀ ਰਾਵਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ ਰਤਨ ਜਵੇ ਹਰ ਲਾਲ ਹਰ ਕੰਠ ਤਿੰਨਾ ਜੜੀਆਂ ਨਾਨਕ ਬਾਂਛੈ ਧੂੜ ਤਿੰਨ ਪ੍ਰਭ ਸ਼ਰਨੀ ਦਰ ਪੜੀਆਂ ਮੰਗਿਰ ਪ੍ਰਭ ਆਰਾਧਣਾ ਬਹੁੜ ਨ ਜਨਮੜੀਆਂ ਮੰਗਿਰ ਪ੍ਰਭ ਆਰਾਧਣਾ ਬਹੁੜ ਨ ਜਨਮੜੀਆਂ ਮੰਗਿਰ ਪ੍ਰਭ ਆਰਾਧਣਾ ਮੰਗਰ ਪ੍ਰਭ ਆਰਾਧਣਾ ਮੰਗਰ ਪ੍ਰਭ ਮੰਗਰ ਪ੍ਰਭ ਆਰਾਧਣਾ ਮੰਗਰ ਪ੍ਰਭ ਆਰਾਧਣਾ ਸੇ ਬਹੁੜ ਨ ਜਨਮੜੀਆਂ ਬਹੁੜ ਨ ਜਨਮੜੀਆਂ ਬਹੁੜ ਨ ਮੰਗਰ ਪ੍ਰਭ ਆਰਾਧਣਾ ਮੰਗਰ ਪ੍ਰਭ ਆਰਾਧਣਾ ਅੱਜ ਦਾ ਇਹ ਪਾਵਨ ਬਚਨ ਜਿਹਦਾ ਪਾਠ ਆਪ ਜੀ ਨੇ ਸਰਵਣ ਕੀਤਾ ਸਾਹਿਬ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਬਾਰਾਂਵਾਂ ਮਾਝ ਦੀ ਪਾਵਨ ਬਾਣੀ ਦਾ ਇਹ ਸ਼ਬਦ ਨੰਬਰ 10 ਹੈ ਤੇ ਸਮੇਂ ਦੀ ਵੰਡ ਮੁਤਾਬਕ ਅੱਜ ਮੰਗਰ ਦਾ ਮਹੀਨਾ ਆਰੰਭ ਹੋਇਆ ਹੈ। ਸਾਹਿਬ ਕਿਰਪਾ ਕਰਨ ਜੋ ਮੱਗਰ ਦੇ ਮਹੀਨੇ ਰਾਹੀਂ ਹਜ਼ੂਰ ਸਾਨੂੰ ਮੈਸੇਜ ਦੇ ਰਹੇ ਨੇ ਜੋ ਸੰਦੇਸ਼ ਦੇ ਰਹੇ ਨੇ ਉਸ ਨੂੰ ਫਾਲੋ ਕਰਕੇ ਜੀ ਸਕੀਏ ਉਸ ਸੰਦੇਸ਼ ਉਪਦੇਸ਼ ਦੇ ਮੁਤਾਬਕ ਸਾਡਾ ਸਾਰਿਆਂ ਦਾ ਜੀਵਨ ਬਣ ਸਕੇ ਇਹ ਗੁਰਦੇਵ ਦੇ ਚਰਨਾਂ ਵਿੱਚ ਅਰਦਾਸ ਹੈ। ਮੰਗਿਰ ਮਾਹੇ ਮੱਗਰ ਦੇ ਮਹੀਨੇ ਦੇ ਵਿੱਚ ਮਾਹੇ ਮੀਨਮ ਵਿੱਚ ਸੋਹੰਦੀਆਂ ਉਹ ਸ਼ੋਭਦੀਆਂ ਨੇ ਉਹ ਜੀਵ ਰੂਪੀ ਇਸਤਰੀਆਂ ਮੱਗਰ ਦੇ ਮਹੀਨੇ ਵਿੱਚ ਸ਼ੋਭਦੀਆਂ ਨੇ ਸੋਹਣੀਆਂ ਲੱਗਦੀਆਂ ਨੇ ਚੰਗੀਆਂ ਲੱਗਦੀਆਂ ਨੇ ਹਰ ਪਿਰ ਸੰਗ ਬੈਠੜੀਆਂ ਜਿਹੜੀਆਂ ਜੀਵ ਰੂਪੀ ਇਸਤਰੀਆਂ ਹਰੀ ਪਤੀ ਨਾਲ ਪਰਮਾਤਮਾ ਪਤੀ ਦੇ ਨਾਲ ਬੈਠੀਆਂ ਨੇ ਬੈਠਣ ਦਾ ਅਰਥ ਹੁੰਦਾ ਜੁੜਨਾ ਜਿਹੜੀਆਂ ਹਰੀ ਪਤੀ ਨਾਲ ਜੁੜੀਆਂ ਨੇ
ਉਹ ਜੀਵ ਰੂਪੀ ਇਸਤਰੀਆਂ ਮੱਗਰ ਦੇ ਮਹੀਨੇ ਵਿੱਚ ਸ਼ੋਭਦੀਆਂ ਨੇ। ਖਿਮਾ ਕਰਿਓ, ਪਰਮਾਤਮਾ ਨੇ ਜੋ ਦਿੱਤਾ ਉਹਦੇ ਨਾਲ ਤੇ ਬੈਠਦੇ ਆ, ਉਹਦੇ ਨਾਲ ਤੇ ਜੁੜੇ ਆ, ਪਰ ਪਰਮਾਤਮਾ ਦੇ ਨਾਲ ਬੈਠਣ ਦਾ ਵਕਤ ਨਹੀਂ। ਗੁਰੂ ਗ੍ਰੰਥ ਸਾਹਿਬ ਪਿਤਾ ਦਾ ਬਚਨ ਹੈ, ਕਹਿਣ ਲੱਗੇ ਕਿੰਨਿਆਂ ਨਾਲ ਤੇਰੀ ਉਠਕ ਬੈਠਕ ਹੈ, ਪਰ ਇੱਕ ਪਰਮਾਤਮਾ ਨਾਲ ਨਾ ਤੂੰ ਬੈਠਦਾ ਨਾ ਗੁਰੂ ਨਾਲ ਬੈਠਦਾ। ਔਰ ਯਾਦ ਰੱਖੀ, ਜਿਨ੍ਹਾਂ ਨਾਲ ਤੇਰੀ ਉਠਕ ਬੈਠਕ ਹੈ ਇਹਨਾਂ ਦੇ ਕਾਰਨ ਤੇਰੀ ਜ਼ਿੰਦਗੀ ਵਿੱਚ ਖੜਾਓ ਨਹੀਂ ਆ ਸਕਦਾ, ਇਹਨਾਂ ਦੇ ਕਾਰਨ ਤੇਰੀ ਜ਼ਿੰਦਗੀ ਵਿੱਚ ਲੁਤਫ ਨਹੀਂ ਆ ਸਕਦਾ, ਇਹਨਾਂ ਦੇ ਕਾਰਨ ਜ਼ਿੰਦਗੀ ਅੰਦਰ ਸੁੱਖ ਨਸੀਬ ਨਹੀਂ ਹੋ ਸਕਦਾ। ਜੇ ਸੁੱਖ ਚਾਹੁੰਦਾ ਜਿਵੇਂ ਪਰਿਵਾਰ ਨਾਲ ਬੈਠਦਾ, ਜਿਵੇਂ ਦੁਕਾਨ ਤੇ ਬੈਠਦਾ, ਇਵੇਂ ਪਰਮਾਤਮਾ ਦੇ ਚਰਨਾਂ ਵਿੱਚ ਬੈਠ। ਗੁਰੂ ਗ੍ਰੰਥ ਸਾਹਿਬ ਪਿਤਾ ਦਾ ਬਚਨ ਹੈ, ਸਾਹਿਬ ਆਖਦੇ ਮੈਂ ਕੀਤਾ ਕੀ ਕਿ ਜੋ ਮੈਨੂੰ ਪਰਮਾਤਮਾ ਨੇ ਦਿੱਤਾ ਸੀ ਮੈਂ ਉਹਦੇ ਨਾਲ ਤੇ ਜੁੜਿਆ ਰਿਹਾ, ਪਰ ਦੇਣ ਵਾਲੇ ਨਾਲੋਂ ਮੈਂ ਟੁੱਟ ਗਿਆ। ਜਿਸਨੇ ਸਾਰਾ ਕੁਛ ਦਿੱਤਾ ਸੀ ਉਹਦੇ ਨਾਲੋਂ ਮੇਰਾ ਵਿਛੋੜਾ ਹੀ ਗਿਆ। ਗੁਰੂ ਗ੍ਰੰਥ ਸਾਹਿਬ ਪਿਤਾ ਦੇ ਬਚਨ ਨੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਇੱਕ ਬਚਨ ਹੈ, ਕਹਿਣ ਲੱਗੇ ਮੇਰੇ ਅੰਦਰ ਇੰਨੇ ਔਗਣ ਨੇ ਕਿ ਔਗਣ ਸਮਾਨ ਹੀ ਰਹੇ, ਮੰਝ ਕੁਚੱਜੀ ਅਮਾਵੜੀ ਹੋਂ ਕਿਉਂ ਸ਼ਹਿਰਾਵਣ ਜਾਉ ਜੀਓ। ਮੈਂ ਇੰਨੀ ਕੁਚੱਜੀ ਹਾਂ, ਮੇਰੇ ਅੰਦਰ ਇਤਨੀਆਂ ਕਮਜ਼ੋਰੀਆਂ ਨੇ ਕਿ ਉਹ ਕਮਜ਼ੋਰੀਆਂ ਮੇਰੇ ਅੰਦਰ ਸਮਾ ਨਹੀਂ ਰਹੀਆਂ, ਓਵਰਫਲੋ ਹੋ ਰਹੀਆਂ। ਮੰਝ ਕੁਚੱਜੀ ਅਮਾਵੜੀ ਹੋਂ ਕਿਉਂ ਸ਼ਹਿਰਾਵਣ ਜਾਉ ਜੀਓ। ਇੱਕ ਤੂੰ ਇੱਕ ਚੜ੍ਹਦੀ ਆ, ਕੌਣ ਜਾਣਾ ਮੇਰਾ ਨਾਉਂ ਜੀਓ। ਜਿੰਨੀ ਸ਼ਕੀ ਸ਼ਹਿਰ ਆਵਿਆ ਸੇ ਅੰਬੀ ਛਾਵੜੀ ਆ ਜੀਓ। ਸੇ ਗੁਣ ਮੁੱਝ ਨ ਆਵਨੀ ਹੋਂ ਕੈਜੀ ਦੋਸ਼ ਧਰਿਓ ਜੀਓ। ਇਸ ਸ਼ਬਦ ਅੱਗੇ ਜਾ ਕੇ ਅੱਗੇ ਇੱਕ ਪੰਕਤੀ ਆਉਂਦੀ ਆ, ਸੋਨਾ ਰੂਪਾ ਰੰਗਲਾ ਮੋਤੀ ਤੈ ਮਾਨਕ ਜੀਓ। ਸੋਨਾ ਚਾਂਦੀ ਮੋਤੀ ਤੇ ਮਾਨਕ, ਇਹ ਸਭ ਇਹ ਸਾਰਾ ਕੁਛ ਕਿਹਨੇ ਦਿੱਤਾ ਸੀ? ਪਰਮਾਤਮਾ ਜੀ ਨੇ। ਸੋਨਾ ਪਰਮਾਤਮਾ ਦੀ ਦੇਣ, ਕਿਸੇ ਕੋਲ ਚਾਂਦੀ ਹੈ, ਸੁੰਦਰ ਸਰੀਰ ਹੈ, ਤੇ ਪਰਮਾਤਮਾ ਦੀ ਦੇਣ। ਕਹਿਣ ਲੱਗੇ ਸੋਨਾ ਰੂਪਾ ਰੰਗਲਾ ਮੋਤੀ ਤੈ ਮਾਨਕ ਜੀਓ। ਸੋਨਾ ਚਾਂਦੀ ਮੋਤੀ ਹੀਰੇ ਜਵਾਹਰਾਤ ਛੇ ਵਸਤੂ ਸ਼ੈ ਦਿੱਤੀਆਂ, ਇਹ ਵਸਤੂਆਂ ਮੈਨੂੰ ਮੇਰੇ ਮਾਲਕ ਨੇ ਦਿੱਤੀਆਂ ਸੀ, ਮੈਂ ਤਿੰਨ ਸਿਉ ਲਾਇਆ ਚਿੱਤ ਜੀਓ। ਜਿੰਨਾ ਮੈਂ ਇਹਨਾਂ ਨਾਲ ਚਿੱਤ ਲਾਇਆ ਨਾ ਮੈਂ ਉਹਨਾਂ ਦੇਣ ਵਾਲੇ ਨਾਲ ਚਿੱਤ ਨਾ ਲਾਇਆ। ਕਿਤੇ ਸੋਨਾ ਚਾਂਦੀ ਗਵਾਚੇ ਬੰਦਾ ਰੋਂਦਾ ਹੈ ਨਾ, ਕਦੀ ਇਸ ਲਈ ਰੋਇਆ ਵੀ ਨਿਤਨੇਮ ਗਵਾਚ ਗਿਆ, ਅੰਮ੍ਰਿਤ ਵੇਲਾ ਗਵਾਚ ਗਿਆ। ਸਾਹਿਬ ਆਖਦੇ ਸੇ ਵਸਤੂ ਸ਼ਹਿ ਦਿੱਤੀਆਂ, ਮੈਂ ਤਿੰਨ ਸਿਉ ਲਾਇਆ ਚਿੱਤ ਜੀਓ। ਅਗਲੀ ਪੰਕਤੀ ਹੈ, ਅਸੀਂ ਕਿੱਥੇ ਬੈਠੇ, ਅਸੀਂ ਕਿਹਦੇ ਨਾਲ ਜੁੜੇ ਹੋਏ। ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਜ ਜੀਓ। ਮੰਦਰ ਮਿੱਟੀ, ਪੁਰਾਣਿਆਂ ਸਮਿਆਂ ਅੰਦਰ ਮਿੱਟੀ ਦੇ ਘਰ ਹੁੰਦੇ ਸੀ ਨਾ, ਕਹਿਣ ਲੱਗੇ ਮੈਂ ਮਿੱਟੀ ਦੇ ਘਰ ਸੰਖ ਮਰਮਰ ਦੇ ਘਰਾਂ ਨੂੰ ਆਪਣੀ ਸੰਪਤੀ ਸਮਝ ਕੇ ਇਹਨਾਂ ਨਾਲ ਜੁੜਿਆ ਰਿਹਾ, ਇਹਨਾਂ ਨੂੰ ਆਪਣੀ ਪੂੰਜੀ ਬਣਾ ਸਕਿਆ ਵੀ ਇਹੀ ਸਾਰਾ ਕੁਛ ਮੇਰਾ। ਮੰਦਰ ਮਿੱਟੀ ਸੰਧੜੇ ਪੱਥਰ ਕੀਤੇ ਰਾਸ ਜੀਓ। ਹਾਂ ਇੰਨੀ ਟੋਲੀ ਭੁੱਲੀਸ, ਇਹਨਾਂ ਟੋਲਾਂ ਅੰਦਰ ਇਹਨਾਂ ਪਦਾਰਥਾਂ ਵਿੱਚ ਹੀ ਭੁੱਲੀ ਰਹੀ,
ਤਿਸ ਕੰਤ ਨਾ ਬੈਠੀ ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠਦੀਆਂ। ਸੋਨੇ ਨਾਲ ਮੈਂ ਜੁੜਿਆ ਰਿਹਾ, ਚਾਂਦੀ ਨਾਲ ਮੈਂ ਜੁੜਿਆ ਰਿਹਾ, ਘਰ ਨਾਲ ਮੈਂ ਜੁੜਿਆ ਰਿਹਾ, ਧੀਆਂ ਪੁੱਤਰਾਂ ਕੋਲ ਮੈਂ ਬੈਠਦਾ, ਦੁਕਾਨ ਤੇ ਮੈਂ ਬੈਠਦਾ, ਜੇ ਨਹੀਂ ਬੈਠਦਾ ਤੇ ਰੱਬ ਨਾਲ ਨਹੀਂ ਬੈਠਦਾ, ਨਹੀਂ ਬੈਠਦਾ ਤੇ ਗੁਰੂ ਨਾਲ ਨਹੀਂ ਬੈਠਦਾ। ਅਸੀਂ ਇੱਕ ਪੰਕਤੀ ਰੋਜ਼ ਪੜ੍ਹਦੇ, ਸਾਹਿਬ ਆਖਦੇ ਪਿਆਰਿਆ, ਸੱਜਣ ਸੱਚਾ ਪਾਤਸ਼ਾਹ ਸ਼ਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀ ਹੈ। ਜੇ ਬੈਠਣਾ ਨਾ ਤੇ ਦੋਨਾਂ ਕੋਲ ਬੈਠੋ, ਇੱਕ ਰੱਬ ਕੋਲ, ਗੁਰੂ ਕੋਲ ਤੇ ਜਪਣ ਵਾਲਿਆਂ। ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦੀ ਬਾਣੀ ਦੀ ਤਗੀਦ ਹੈ, ਕਹਿਣ ਲੱਗੇ ਊਠਕ ਬੈਠਕ ਤਿੰਨਾਂ ਸੰਗ, ਊਠਕ ਬੈਠਕ ਉਹਨਾਂ ਨਾਲ ਰੱਖ ਜਿਨ ਸੰਗ ਜਪੀਐ ਨਾਉ, ਜਿਨ੍ਹਾਂ ਦੇ ਕੋਲ ਬੈਠ ਕੇ ਤੈਨੂੰ ਰੱਬ ਚੇਤੇ ਆਏ, ਜਿਨ੍ਹਾਂ ਦੇ ਕੋਲ ਬੈਠ ਕੇ ਤੈਨੂੰ ਕਰਤਾ ਪੁਰਖ ਚੇਤੇ ਆਏ। ਔਰ ਜਿੰਨਾ ਸਮਾਂ ਅਸੀਂ ਕਾਰੋਬਾਰ ਨੂੰ ਦਿੰਦੇ, ਜਿੰਨਾ ਸਮਾਂ ਸਰੀਰ ਨੂੰ ਦਿੰਦੇ, ਜਿੰਨਾ ਸਮਾਂ ਪਰਿਵਾਰ ਨੂੰ ਦਿੰਦੇ, ਕਦੀ ਉਹਨਾਂ ਸਮਾਂ ਕਰਤਾਰ ਨੂੰ ਦਿੱਤਾ? ਔਰ ਮੈਂ ਦਾਅਵੇ ਨਾਲ ਕਹਿ ਸਕਦਾ, ਜਿੱਤ ਨੂੰ ਜਿਸ ਨੂੰ ਜਿਤਨਾ ਮਰਜ਼ੀ ਸਮਾਂ ਦੇ ਦਿਓ, ਸੰਸਾਰ ਅੰਦਰ ਕਿਸੇ ਨੂੰ ਵੀ ਸਮਾਂ ਦਿੰਦੇ ਹਾਂ, ਉਹ ਸਮਾਂ ਸਾਰਥਕ ਨਹੀਂ ਹੋਏਗਾ। ਸਾਰਥਕ ਸਮਾਂ ਉਹੀ ਜਿਹੜਾ ਗੁਰੂ ਨੂੰ ਦਿੱਤਾ ਜਾਏ, ਭਗਵਾਨ ਨੂੰ ਦਿੱਤਾ ਜਾਏ। ਤੇ ਹੈਰਾਨੀ ਦੀ ਗੱਲ ਹੈ, ਸਾਹਿਬ ਆਖਦੇ ਮੱਘਰ ਦੇ ਮਹੀਨੇ ਵਿੱਚ ਜੇ ਤੂੰ ਸੋਹਣਾ ਲੱਗਣਾ ਚਾਹੁੰਦਾ ਤੇ ਪਰਮਾਤਮਾ ਪਤੀ ਦੇ ਨਾਲ ਬੈਠ, ਦੁਨੀਆਂ ਨਾਲ ਬੈਠ ਕੇ ਦੇਖ ਲਿਆ, ਘਰਾਂ ਵਿੱਚ ਬੈਠ ਕੇ ਦੇਖ ਲਿਆ, ਅਰੇ ਥੋੜ੍ਹੀ ਦੇਰ ਕਰਤਾ ਪੁਰਖ ਪਤੀ ਦੇ ਨਾਲ ਬੈਠ ਕੇ ਦੇਖ, ਜਿਹੜੇ ਉਹਦੇ ਨਾਲ ਬੈਠੇ ਨਾ, ਉਹ ਸਦੀਵ ਕਾਲ ਲਈ ਸੋਹਣੇ ਹੋ ਗਏ, ਚੰਗੇ ਜੀਵਨ ਦੇ ਮਾਲਕ ਹੋ ਗਏ। ਸਾਹਿਬ ਆਖਦੇ ਨੇ ਮੰਗਿਰ ਮਾਹੇ ਸੁਹੰਦੀਆਂ ਹਰ ਪਿਰ ਹਰੀਪਤੀ ਨਾਲ। ਵੈਸੇ ਵੀ ਜਿਹੜੀ ਔਰਤ ਪਤੀ ਦੇ ਨਾਲ ਰਹਿੰਦੀ ਹੈ ਉਹਦੀ ਸ਼ੋਭਾ ਹੁੰਦੀ ਹੈ, ਜਿਹਨੂੰ ਪਤੀ ਤਿਆਗ ਦਿੰਦਾ ਹੈ ਜਾਂ ਜੋ ਪਤੀ ਨੂੰ ਤਿਆਗ ਦਿੰਦੀ ਹੈ ਉਹਨੂੰ ਛੁੱਟੜਾ ਆਖਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਪਿਤਾ ਦਾ ਬਚਨ ਹੈ, ਕਹਿਣ ਲੱਗੇ ਘਰ ਘਰ ਫਿਰੇ ਜੋ ਰਨ ਦੁਹਾਗਣ, ਦੁਹਾਗਣ ਰਨ ਦਾ ਅਰਥ ਹੈ ਪਤੀ ਦੀ ਛੱਡੀ ਹੋਈ ਔਰਤ। ਜਿਵੇਂ ਪਤੀ ਤੋਂ ਟੁੱਟੀ ਹੋਈ ਔਰਤ ਘਰ ਘਰ ਫਿਰਦੀ ਹੈ, ਉਸ ਨਾਲ ਮੂੰਹ ਜੋੜੇ, ਉਸ ਵੀ ਲੱਛਣ ਲਾਇਆ ਜਿਹੜੀ ਪਤੀ ਤੋਂ ਟੁੱਟ ਚੁੱਕੀ ਹੈ, ਜਿਵੇਂ ਉਹ ਘਰ ਘਰ ਤੁਰੀ ਫਿਰਦੀ, ਜਿਹੜੀ ਉਹਦੀ ਸੰਗਤ ਕਰਦੀ ਹੈ ਉਹ ਵੀ ਦਾਗੀ ਹੋ ਜਾਂਦੀ ਹੈ। ਤੇ ਜਿਹੜੀ ਪਤੀ ਨਾਲ ਜੁੜੀ ਹੁੰਦੀ ਹੈ ਨਾ, ਉਹਨੂੰ ਆਦਰਸ਼ਕ ਸੁਹਾਗਣ ਆਖਿਆ ਜਾਂਦਾ ਹੈ। ਜਿਵੇਂ ਦੁਨਿਆਵੀ ਤੌਰ ਤੇ ਪਤੀ ਤੋਂ ਟੁੱਟੀ ਹੋਈ ਦਾ ਮਾਨ ਸਨਮਾਨ ਨਹੀਂ ਰਹਿੰਦਾ, ਉਹਦੀ ਕੋਈ ਸੰਗਤ ਕਰਨ ਨੂੰ ਤਿਆਰ ਨਹੀਂ ਹੁੰਦਾ, ਇਵੇਂ ਹੀ ਜਿਹੜੀ ਪਰਮਾਤਮਾ ਪਤੀ ਤੋਂ ਜੀਵ ਰੂਪੀ ਇਸਤਰੀ ਟੁੱਟ ਗਈ। ਸਵੇਰੇ ਮੇਰੀ ਕਿਤੇ ਕਥਾ ਸੀ, ਮੈਂ ਭਾਈ ਗੁਰਦਾਸ ਸਾਹਿਬ ਦਾ ਇੱਕ ਬਚਨ ਸੰਗਤ ਦੇ ਸਾਹਮਣੇ ਰੱਖਿਆ। ਕਹਿਣ ਭਾਈ ਗੁਰਦਾਸ ਸਾਹਿਬ ਜੀ ਕਹਿਣ ਲੱਗੇ, ਪਿਆਰਿਆ ਕੁਝ ਵਸਤੂਆਂ ਦੀ, ਕੁਝ ਚੀਜ਼ਾਂ ਦੀ ਕੀਮਤ ਵਸਤੂਆਂ ਕਰਕੇ ਹੁੰਦੀ ਆ। ਇਹ ਡਿਸਪੋਜ਼ਲ ਬਰਤਨ ਤੁਸੀਂ ਵਰਤਦੇ ਹੋ ਨਾ, ਉਹ ਓਨੀ ਦੇਰ ਹੀ ਸਾਂਭ ਕੇ ਰੱਖਦੇ ਆ ਜਿੰਨੀ ਦੇਰ ਉਹਨਾਂ ਵਿੱਚ ਪ੍ਰਸ਼ਾਦਾ ਹੁੰਦਾ ਜਾਂ ਜਿੰਨੀ ਦੇਰ ਉਹਨਾਂ ਵਿੱਚ ਪ੍ਰਸ਼ਾਦਾ ਛਕਣਾ ਹੁੰਦਾ। ਭਾਈ ਸਾਹਿਬ ਆਖਦੇ ਪੁਰਾਣਿਆਂ ਸਮਿਆਂ ਦੇ ਅੰਦਰ ਪੱਤਲ ਹੁੰਦੇ ਸੀ, ਪੱਤਲ ਪੱਤਲ ਵਿੱਚ ਪ੍ਰਸ਼ਾਦਾ ਪਾ ਕੇ ਛਕਿਆ ਜਾਂਦਾ ਸੀ, ਤੇ ਜਿੰਨੀ ਦੇਰ ਪੱਤਲ ਵਿੱਚ ਪ੍ਰਸ਼ਾਦਾ ਹੁੰਦਾ ਹੈ
ਉਨੀ ਦੇਰ ਪੱਤਲ ਨੂੰ ਸਾਂਭ ਕੇ ਰੱਖਦੇ ਹਾਂ ਕਿਸੇ ਦਾ ਪੈਰ ਨਾ ਲੱਗ ਜਾਏ। ਪਰ ਜਦੋਂ ਉਹਦੇ ਵਿੱਚੋਂ ਪ੍ਰਸ਼ਾਦਾ ਮੁੱਕ ਜਾਂਦਾ ਹੈ ਫਿਰ ਕਦੀ ਕਿਸੇ ਨੇ ਪੱਤਲ ਨੂੰ ਸਾਂਭਿਆ। ਪਾਤਰ ਮੈਂ ਜੈਸੇ ਬੋ ਵਿੰਜਨ ਪਰੋਸੀਅਤ, ਕਹਿਣ ਲੱਗੇ ਜਿਵੇਂ ਪੱਤਲ ਵਿੱਚ ਕਈ ਤਰ੍ਹਾਂ ਦੇ ਭੋਜਨ ਪਰੋਸੇ ਗਏ ਤੇ ਜਦੋਂ ਪੱਤਲ ਵਿੱਚੋਂ ਭੋਜਨ ਨਿਕਲ ਗਿਆ ਖਤਮ ਹੋ ਗਿਆ। ਭੋਜਨ ਕਡਾਰੀਅਤ ਪਾਵੇ ਨਾ ਹੀ ਠਾਮ ਕੋ, ਫਿਰ ਉਹਨੂੰ ਕਿਤੇ ਜਗ੍ਹਾ ਨਹੀਂ, ਉਹ ਪੈਰਾਂ ਵਿੱਚ ਰੁਲਦਾ। ਕਹਿਣ ਲੱਗੇ ਪੱਤਲ ਵਿੱਚੋਂ ਭੋਜਨ ਨਿਕਲ ਗਿਆ ਤੇ ਪੈਰਾਂ ਵਿੱਚ ਰੁਲਦਾ, ਉਹ ਗਰਭ ਕਰ ਦਿੱਤਾ ਜਾਂਦਾ। ਯਾਦ ਰੱਖੀ ਤੇਰੇ ਅੰਦਰੋਂ ਕਰਤਾ ਪੁਰਖ ਜੀ ਯਾਦ ਨਿਕਲ ਗਈ ਤੇ ਤੂੰ ਵੀ ਰੁਲੇਂਗਾ। ਦੂਸਰੀ ਉਦਾਹਰਣ ਦਿੱਤੀ, ਆ ਬੰਦੇ ਪਾਨ ਲੈ ਕੇ ਪੈਸਿਆਂ ਦਾ ਮੂੰਹ ਵਿੱਚ ਪਾਉਂਦੇ, ਹੈਰਾਨੀ ਦੀ ਗੱਲ ਹੈ ਕਿ ਜਦੋਂ ਉਹਦੇ ਵਿੱਚੋਂ ਰਸ ਨਿਕਲ ਜਾਂਦਾ ਉਸੇ ਨੂੰ ਸੁੱਟ ਦਿੰਦੇ। ਜੈਸੇ ਹੀ ਤਮੋਲ ਰਸ ਰਸਨਾ ਰਸਾਏ ਖਾਏ, ਤਮੋਲ ਰਸ ਦਾ ਅਰਥ ਹੈ ਪਾਨ ਦਾ ਬੀੜਾ, ਜਿਵੇਂ ਭਾਈ ਸਾਹਿਬ ਆਖਦੇ ਪਾਨਾਂ ਦਾ ਬੀੜਾ ਖਰੀਦਿਆ ਮੂੰਹ ਵਿੱਚ ਪਾਇਆ ਪਰ ਜਦੋਂ ਉਹਦੇ ਵਿੱਚੋਂ ਰਸ ਨਿਕਲ ਗਿਆ, ਡਾਰੀਏ ਉਗਾਰ ਨਹਿ ਰਹਿ ਆੜ ਦਾਮ ਕੋ, ਉਹਨੂੰ ਸੁੱਟ ਦਿੱਤਾ ਜਾਂਦਾ, ਉਹਦੀ ਕੌਡੀ ਕੀਮਤ ਨਹੀਂ ਰਹਿੰਦੀ। ਪਾਨਾਂ ਦੇ ਬੀੜੇ ਵਿੱਚੋਂ ਰਸ ਨਿਕਲ ਜੇ ਉਹਦੀ ਕੀਮਤ ਨਹੀਂ। ਤੇ ਤੀਸਰੀ ਇਗਜ਼ੈਂਪਲ ਦਿੱਤੀ, ਫੁੱਲਣ ਕੁਹਾਰ ਔਰ ਤਾਰ ਬਾਸ ਲੀਜੈ ਜੈਸੇ, ਫੁੱਲਾਂ ਦਾ ਹਾਰ ਖਰੀਦਿਆ ਗਲੇ ਵਿੱਚ ਪਾਇਆ, ਜਿੰਨੀ ਦੇਰ ਫੁੱਲਾਂ ਦੇ ਵਿੱਚ ਸੁਗੰਧੀ ਸੀ ਗਲੇ ਦਾ ਹਾਰ ਸ਼ਿੰਗਾਰ ਬਣਿਆ ਰਿਹਾ, ਪਰ ਹਾਰ ਵਿੱਚੋਂ ਸੁਗੰਧੀ ਨਿਕਲ ਗਈ ਉਹਨੂੰ ਸੁੱਟ ਦਿੱਤਾ ਗਿਆ। ਪੁੱਛਿਆ ਜਾਏ ਕਿ ਪਹਿਲਾਂ ਤੂੰ ਮਾਲਾ ਖਰੀਦੀ ਹੈ ਹੁਣ ਸੁੱਟ ਰਿਹਾ, ਤੇ ਜਵਾਬ ਹੋਏਗਾ ਖਰੀਦੀ ਸੀ ਸੁਗੰਧੀ ਲਈ, ਇਹਦੇ ਵਿੱਚ ਸੁਗੰਧੀ ਨਹੀਂ ਰਹੀ। ਫੁੱਲਣ ਕੁਹਾਰ ਔਰ ਧਾਰ ਬਸ ਲੀਜੈ ਜੈਸੇ, ਪਾਸੇ ਡਾਰ ਦੀਜੈ ਕਹੇ ਹੈ ਨਾ ਕਾਹੂ ਕਾਮ ਕਹ, ਉਹ ਕਿਸੇ ਕੰਮ ਦੇ ਨਹੀਂ ਰਹਿੰਦੇ ਫੁੱਲ ਜਦੋਂ ਸੁਗੰਧੀ ਨਿਕਲ ਜਾਏ। ਜੈਸੇ ਕੇਸ ਨਾ ਜੈਸੇ ਕੇਸ ਨੱਖ ਥਾਨ ਪ੍ਰਿਸ਼ਟਨਾ ਸੁਹਾਤ ਕਾਹ, ਸਾਡੇ ਕੇਸ ਗੁਰੂ ਕੀ ਮੋਹਰ ਹੈ, ਇਹਨਾਂ ਨੂੰ ਕਤਲ ਕਰਨਾ ਬੜਾ ਵੱਡਾ ਪਾਪ ਹੈ, ਪਰ ਜਦੋਂ ਅਸੀਂ ਕੇਸਾਂ ਵਿੱਚ ਕੰਘਾ ਕਰਦੇ ਹਾਂ ਤੇ ਜਿਹੜੇ ਕੰਘੇ ਵਿੱਚ ਕੇਸ ਆ ਜਾਂਦੇ ਨੇ ਉਹਨਾਂ ਨੂੰ ਕੀ ਕਰਦੇ? ਕੇਸ ਸਰੀਰ ਦੇ ਨਾਲੋਂ ਜੁਦਾ ਹੋ ਗਏ, ਆਖਰ ਉਹਨਾਂ ਨੂੰ ਸਾੜਿਆ ਜਾਂਦਾ, ਸੰਸਕਾਰ ਕੀਤਾ ਜਾਂਦਾ। ਕਹਿਣ ਲੱਗੇ ਕੇਸ ਸਰੀਰ ਨਾਲੋਂ ਟੁੱਟ ਗਏ ਸੜੇ ਨੇ, ਯਾਦ ਰੱਖੀ ਜੇ ਪਰਮਾਤਮਾ ਨਾਲੋਂ ਤੂੰ ਟੁੱਟ ਗਿਆ ਤੇ ਸੜਦਾ ਰਹੇ। ਪਰਮਾਤਮਾ ਦੇ ਨਾਲ ਬੈਠ ਮੱਗਰ ਦੇ ਮਹੀਨੇ ਅੰਦਰ ਸੋਹਣਾ ਹੋ ਜਾਏਗਾ। ਵੈਸੇ ਵੀ ਬੇਨਤੀ ਕਰਾਂ, ਆਪਣੇ ਅਸਲੇ ਨਾਲ ਜੁੜਿਆ ਹੀ ਬੰਦਾ ਸੋਹਣਾ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਪਿਤਾ ਦੀ ਬਾਣੀ ਅੰਦਰ ਇੱਕ ਇਗਜ਼ੈਂਪਲ ਆਉਂਦੀ ਹੈ ਕਿ ਬਾਬਾ ਨਾਨਕ ਸਾਹਿਬ ਜੀ ਇੱਕ ਤਲਾਬ ਦੇ ਲਾਗੋਂ ਦੀ ਲੰਘੇ ਤੇ ਉਹਨਾਂ ਨੇ ਤਲਾਬ ਵਿੱਚ ਕਈ ਤਰ੍ਹਾਂ ਦੇ ਫੁੱਲ ਖਿੜੇ ਹੋਏ ਵੇਖੇ। ਕੁਛ ਸਮੇਂ ਬਾਅਦ ਉਸੇ ਤਲਾਬ ਦੇ ਲਾਗੋਂ ਦੀ ਲੰਘੇ ਤੇ ਫੁੱਲ ਮੁਰਝਾਏ ਹੋਏ, ਉਹਨਾਂ 'ਤੇ ਕੋਈ ਰੌਣਕ ਨਾ, ਉਹਨਾਂ 'ਤੇ ਚਿਹਰਿਆਂ 'ਤੇ ਕੋਈ ਮੁਸਕਰਾਹਟ ਨਾ, ਤੇ ਜਗਤ ਗੁਰੂ ਜੀ ਖੜ ਗਏ। ਕਹਿਣ ਲੱਗੇ ਪੁੱਛ ਹੀ ਲਈਏ ਇਹਨਾਂ ਫੁੱਲਾਂ ਨੂੰ, ਤੁਸੀਂ ਤੇ ਬੜੇ ਟਹਿਕ ਬਹਿਕ ਰਹੇ ਸੀ, ਤੁਹਾਡੇ ਅੰਦਰ ਤੇ ਬੜੀ ਆਕਰਸ਼ਣ ਸੀ, ਖਿੱਚ ਸੀ, ਤੁਹਾਡੇ ਅੰਦਰ ਤੇ ਬੜੀ ਸੁਗੰਧੀ ਸੀ, ਹੁਣ ਤੁਹਾਨੂੰ ਕੀ ਹੋ ਗਿਆ? ਮੈਂ ਕਹਿਣ ਲੱਗਾ ਪੁੱਛ ਹੀ ਲਵਾਂ, ਪੁੱਛ ਲਿਆ ਤੇ ਫੁੱਲਾਂ ਦਾ ਜਵਾਬ ਸੀ, ਬਾਬਾ ਸਾਡੇ ਖੜਾਓ ਦਾ ਕਾਰਨ ਸੀ ਸਾਡਾ ਅਸਲਾ, ਸਾਡੇ ਖੜਾਓ ਦਾ ਕਾਰਨ ਸੀ ਪਾਣੀ,
ਤੇ ਪਾਣੀ ਆ ਸਾਡੀ ਬੁਨਿਆਦ, ਪਾਣੀ ਆ ਸਾਡਾ ਅਸਲਾ। ਹੁਣ ਪਾਣੀ ਨਹੀਂ ਰਿਹਾ, ਅਸੀਂ ਸੁੱਕ ਗਏ, ਕੁਮਲਾ ਗਏ, ਮੁਰਝਾ ਗਏ। ਸ਼੍ਰੀ ਗੁਰੂ ਨਾਨਕ ਪਿਤਾ ਜੀ ਨੇ ਬਚਨ ਕਿਹਾ, ਪੱਬਲ ਤੂੰ ਹਰੀਆਵਲਾ, ਹੇ ਕੌਲ ਦੇ ਫੂਲ ਤੂੰ ਤੇ ਬੜਾ ਹਰਿਆ ਪਿਆ ਸੀ, ਤੇਰੀਆਂ ਪੱਤੀਆਂ ਬੜੀਆਂ ਹਰੀਆਂ ਸਨ, ਕਵਲਾ ਕੰਚਨ ਵਨ ਤੂੰ ਤੇ ਸੋਨੇ ਵਰਗਾ ਸੀ, ਕਹਿ ਦੋ ਖੜੇ ਸੜੇ ਹੋਈ ਤੂੰ ਕਿਵੇਂ ਸੜ ਗਿਆ, ਤੂੰ ਕਿਵੇਂ ਮੁਰਝਾ ਗਿਆ, ਤੇਰੇ ਚਿਹਰੇ ਤੇ ਇਹ ਮੁਰਝਾਣਾ ਕਿਵੇਂ ਆ ਗਿਆ, ਕਹਿ ਦੋ ਖੜੇ ਕੀ ਗੁਨਾਹ ਕਰ ਬੈਠਾ ਜਿਹਦੇ ਨਾਲ ਤੇਰੀ ਇਹ ਹਾਲਤ ਹੋ ਗਈ, ਕਹਿ ਦੁਖੜੇ ਸੜੀ ਹੋਈ ਕਾਲੀ ਹੋਈ ਆ ਦਿਓਰੀ, ਤੇਰਾ ਸਰੀਰ ਕਾਲਾ ਹੋ ਗਿਆ ਫੁੱਲ। ਤੇ ਜਵਾਬ ਦਿੰਦਾ ਬਾਬਾ, ਜਾਣਾ ਪਾਣੀ ਨਾਲ ਹਾਂ, ਜਾਣਾ ਪਾਣੀ ਨਾਲ ਹਾਂ, ਜਾਣ ਬਾਬਾ ਮੈਨੂੰ ਪਾਣੀ ਨਹੀਂ ਮਿਲ ਰਿਹਾ। ਜਦ ਵੀ ਬੰਦਾ ਆਪਣੀ ਅਸਲੇ ਤੋਂ ਟੁੱਟਦਾ ਤੇ ਖਤਮ ਹੋ ਜਾਂਦਾ, ਤੇ ਜੀਵਾਂ ਦਾ ਅਸਲਾ ਹੈ ਪਰਮਾਤਮਾ, ਜਦੋਂ ਪਰਮਾਤਮਾ ਤੋਂ ਜੀਵ ਟੁੱਟੇਗਾ ਤੇ ਦੁਖੀ ਹੋ ਜਾਏਗਾ। ਸਾਈ ਫਰਮਾਉਂਦੇ ਨੇ, ਜੋ ਆਪਣੀ ਬੁਨਿਆਦ ਨਾਲ ਜੁੜੇ ਰਹਿੰਦੇ, ਬੇਸ ਨਾਲ ਜੁੜੇ ਰਹਿੰਦੇ ਨੇ, ਉਹ ਸੋਹਣੇ ਲੱਗਦੇ ਨੇ। ਗੁਰੂ ਗ੍ਰੰਥ ਸਾਹਿਬ ਪਿਤਾ ਨੇ ਇੱਕ ਹੋਰ ਉਦਾਹਰਣ ਦਿੱਤੀ, ਕਹਿਣ ਲੱਗੇ, ਫੁੱਲ ਟਾੜੀ ਨਾਲ ਜੁੜਿਆ ਰਹੇ ਤੇ ਟਹਿਕਦਾ ਰਹਿੰਦਾ, ਟੁੱਟ ਗਿਆ ਤੇ ਮੁਰਝਾ ਜਾਂਦਾ, ਲੋਕਾਂ ਦੇ ਪੈਰਾਂ ਦੇ ਥੱਲੇ ਲਿਤਾੜਿਆ ਜਾਂਦਾ। ਜੇ ਆਪਣੇ ਅੰਦਰ ਹਰਿਆਵਲ ਚੰਨ, ਖੜਾਓ ਚੰਨ, ਕੁਸ਼ਲਤਾ ਚੰਨ, ਖੁਸ਼ੀ ਚੰਨ, ਤੇ ਪਰਮਾਤਮਾ ਜੀ ਦੇ ਨਾਲ ਜੁੜਿਆ, ਮੰਗਲ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ, ਜਿਹੜੀਆਂ ਹਰੀ ਪਤੀ ਦੇ ਨਾਲ ਜੀਵ ਰੂਪੀ ਇਸਤਰੀਆਂ ਨੇ, ਕਹਿਣ ਲੱਗੇ ਉਹ ਮੱਗਰ ਵਿੱਚ ਸੋਹਣੀਆਂ ਲੱਗਦੀਆਂ ਨੇ, ਤੇ ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲਣੀਆਂ। ਉਹਨਾਂ ਦੀ ਉਪਮਾ ਮੈਂ ਕੀ ਕਵਾਂ, ਕੀ ਕਵਾਂ, ਕੀ ਕਵਾਂ, ਜਿਨ੍ਹਾਂ ਨੂੰ ਸਾਹਿਬ ਨੇ ਆਪਣੇ ਨਾਲ ਮਿਲਾ ਲਿਆ। ਜਿਹੜੇ ਪਰਮਾਤਮਾ ਦੇ ਨਾਲ ਮਿਲ ਗਏ ਪਰਮਾਤਮਾ ਦੇ ਵਰਗੇ ਹੋ ਗਏ, ਹਰ ਹਰ ਜਨ ਤੋਂ ਏਕ ਹੈ, ਬਿਬ ਵਿਚਾਰ ਕਿਛ ਨਾ ਹੈ, ਦੋਨਾਂ ਵਿੱਚ ਭੇਦ ਨਹੀਂ ਆ। ਤੇ ਉਦਾਹਰਣ ਦਿੰਦੇ ਨੇ, ਜਲ ਤੇ ਉਪਜ ਤਰੰਗ ਜਿਉਂ, ਜਲ ਹੀ ਬਿਖੈ ਸਮਾਹੇ, ਜਿਵੇਂ ਤਰੰਗ ਜਲ ਵਿੱਚੋਂ ਪੈਦਾ ਹੋਈ, ਜਲ ਵਿੱਚ ਲੀਨ ਹੋ ਗਈ, ਜਿਹੋ ਜਿਹਾ ਜਲ ਉਹੋ ਜਿਹੀ ਤਰੰਗ ਹੋ ਗਈ, ਜਿਹੋ ਜਿਹਾ ਰੱਬ ਉਹੋ ਜਿਹਾ ਭਗਤ ਹੋ ਗਿਆ। ਅਬ ਤੋ ਜਾਏ ਚੜ੍ਹੇ ਸਿੰਘਾਸਨ, ਬਾਬਾ ਕਬੀਰ ਜੀ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਇੱਕ ਹੋ ਗਏ, ਜਿਹੋ ਜਿਹਾ ਰੱਬ ਉਹੋ ਜਿਹਾ ਰੱਬ ਦਾ ਭਗਤ। ਤਿਨਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ, ਤਨ ਮਨ ਮੌਲਿਆ ਰਾਮ ਸਿਉਂ, ਉਹਨਾਂ ਦਾ ਰਾਮ ਦੇ ਨਾਲ ਜੁੜ ਕੇ ਤਨ ਮਨ ਖਿੜ ਜਾਂਦਾ, ਮੌਲਿਆ ਦਾ ਖਿੜ ਜਾਂਦਾ ਹੈ। ਕਿੰਨਾ ਦਾ ਸੰਗ ਸਾਧ ਸਹੇਲੜੀਆਂ, ਜਿਹੜੀਆਂ ਸੱਤ ਸੰਗ ਰੂਪੀ ਸਹੇਲੀਆਂ ਵਿੱਚ ਜੀਵ ਰੂਪੀ ਇਸਤਰੀਆਂ ਬੈਠਦੀਆਂ ਨੇ, ਸੱਤ ਸੰਗੀਆਂ ਨੂੰ ਆਪਣੇ ਦੋਸਤ ਬਣਾਓ, ਸੱਤ ਸੰਗਨ ਨਾਲ ਐਸਾ ਰਿਸ਼ਤਾ ਬਣਾਓ ਜਿਵੇਂ ਦੋਸਤ ਮਿਲੇ ਤੇ ਬੰਦਾ ਖੁਸ਼ ਹੁੰਦਾ, ਦੋਸਤ ਮਿਲੇ ਤੇ ਖੁਸ਼ੀ ਹੁੰਦੀ ਹੈ, ਅਗਰ ਕੋਈ ਜਿਗਰੀ ਦੂਰ ਹੋ ਜਾਏ ਤੇ ਬੰਦਾ ਦੁਖੀ ਹੁੰਦਾ। ਕਹਿਣ ਲੱਗੇ ਸੱਤ ਸੰਗ ਨਾਲ ਜਿਗਰੀ ਦੋਸਤ ਵਾਲਾ ਰਿਸ਼ਤਾ ਬਣਾ, ਸੱਤ ਸੰਗ ਮਿਲੇ ਤੇ ਖੁਸ਼ ਹੋਵੇ, ਸੱਤ ਸੰਗ ਤੋਂ ਟੁੱਟ ਜਾਏ ਤੇ ਦੁਖੀ ਹੋਵੇ, ਜਿੱਦਣ ਆ ਜਾਏ ਪ੍ਰਸੰਨਤਾ ਮਿਲੇ, ਜਿੱਦਣ ਨਾ ਆਏ ਦੁਖੀ ਹੋਵੇ। ਕਹਿਣ ਲੱਗੇ ਉਹ ਜੀਵ ਰੂਪੀ ਇਸਤਰੀਆਂ ਤਨ ਮਨ ਤੌਰ ਤੇ ਖਿੜੀਆਂ ਰਹਿੰਦੀਆਂ ਨੇ, ਸੰਗ ਸਾਧ ਸਹੇਲੜੀਆਂ, ਤੇ ਦੂਸਰੇ ਬੰਨੇ ਸਾਧ ਜਨਾਂ ਤੇ ਬਾਹਰੀ
ਜਿਹੜੀਆਂ ਗੁਰੂ ਚਰਨਾਂ ਤੋਂ ਟੁੱਟ ਜਾਂਦੀਆਂ ਸੇ ਰਹਿਣ ਅਕੇਲੜੀਆਂ, ਉਹ ਇਕੱਲੀਆਂ ਰਹਿ ਜਾਂਦੀਆਂ ਨੇ, ਉਹਨਾਂ ਦਾ ਕੋਈ ਸੰਗੀ ਸਾਥੀ ਨਹੀਂ ਹੁੰਦਾ। ਅਤੇ ਤਿੰਨ ਦੁੱਖ ਨਾ ਕਭੂ ਉਤਰੈ, ਉਹਨਾਂ ਦਾ ਦੁੱਖ ਕਦੀ ਖਤਮ ਹੀ ਨਹੀਂ ਹੁੰਦਾ। ਜਿਹੜੀਆਂ ਸੱਤ ਸੰਗ ਤੋਂ ਜੀਵ ਰੂਪੀ ਇਸਤਰੀਆਂ ਟੁੱਟ ਜਾਂਦੀਆਂ ਨੇ, ਸੇ ਜਮ ਕੇ ਵਸ ਪੜੀਆਂ, ਉਹ ਜਨਮ ਮਰਨ ਦੇ ਚੱਕਰ ਵਿੱਚ ਪੈ ਜਾਂਦੀਆਂ ਨੇ, ਕਦੀ ਜੰਮਦੀਆਂ ਨੇ ਕਦੀ ਮਰਦੀਆਂ ਨੇ, ਇਹ ਸਿਲਸਿਲਾ ਉਹਨਾਂ ਦਾ ਖਤਮ ਨਹੀਂ ਹੁੰਦਾ। ਅਤੇ ਜਿੰਨੀ ਰਾਵਿਆ ਪ੍ਰਭ ਆਪਣਾ, ਰਾਵਿਆ ਮੀਨਿੰਗ ਮਾਣਿਆ, ਜਿਨ੍ਹਾਂ ਨੇ ਆਪਣੇ ਪ੍ਰਭੂ ਦਾ ਇਹ ਨਾਮ ਦਾ ਰਸ ਮਾਣਿਆ, ਸੇ ਦਿਸਣ ਨਿਤ ਖੜੀਆਂ, ਉਹਨਾਂ ਨੂੰ ਜੰਮ ਕੁਛ ਨਹੀਂ ਕਹਿੰਦਾ, ਉਹਨਾਂ ਦੀ ਮੌਤ ਨਹੀਂ। ਅਤੇ ਮੈਂ ਕੱਲ੍ਹ ਵੀ ਬੇਨਤੀ ਕੀਤੀ ਸੀ, ਕੱਲ੍ਹ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਸੀ, ਜੇ ਉਹ ਚਲੇ ਗਏ ਹੁੰਦੇ ਤਾਂ ਕੱਲ੍ਹ ਸਾਰੇ ਜਗਤ ਵਿੱਚ ਸ਼ਹੀਦੀ ਦਿਹਾੜਾ ਮਨਾਇਆ ਜਾਂਦਾ। ਜੇ ਰੱਬ ਦੇ ਬੰਦੇ ਚਲੇ ਗਏ ਹੁੰਦੇ ਤੇ ਉਹਨਾਂ ਦੇ ਹੁਕਮਨਾਮੇ ਸੁਣੇ ਜਾਂਦੇ, ਉਹ ਹਮੇਸ਼ਾ ਦਿਸਦੇ ਨੇ, ਉਹਨਾਂ ਦਾ ਕਲਾਮ ਜਗਤ ਦੀ ਅਗਵਾਹੀ ਕਰਦਾ। ਰਤਨ ਜਵੇਹਰ ਲਾਲ ਹਰ ਕੰਠ ਤਿੰਨਾਂ ਜੜੀਆਂ, ਉਹਨਾਂ ਨੇ ਗਲਾਂ ਵਿੱਚ ਮੋਤੀਆਂ ਦੀਆਂ ਮਾਲਾ, ਹੀਰਿਆਂ ਦੀਆਂ ਮਾਲਾ ਨਹੀਂ ਪਾਈਆਂ, ਉਹ ਆਪਣੇ ਗਲ ਦੇ ਵਿੱਚ ਪਰਮਾਤਮਾ ਦਾ ਨਾਮ ਪਰੋ ਕੇ ਰੱਖਦੇ ਨੇ। ਨਾਨਕ ਬੰਸ਼ ਹੈ ਧੂੜ ਤਿੰਨ ਪ੍ਰਭ ਸਰਨੀ ਦਰਪੜੀਆਂ, ਮੈਂ ਨਾਨਕ ਉਹਨਾਂ ਦੀ ਚਰਨ ਧੂੜ ਮੰਗਦਾ ਜਿਹੜੀਆਂ ਜੀਵ ਰੂਪੀ ਇਸਤਰੀਆਂ ਪ੍ਰਭੂ ਦੇ ਚਰਨਾਂ ਤੇ ਪ੍ਰਭੂ ਦੇ ਦਰ ਤੇ ਪਈਆਂ ਹੋਈਆਂ ਨੇ। ਤੇ ਮੰਗਰ ਪ੍ਰਭ ਆਰਾਧਣਾ, ਇਹ ਭਾਈ ਇਹ ਮੱਘਰ ਦਾ ਮਹੀਨਾ ਚੜਿਆ, ਕੇਵਲ ਇੱਕ ਦਿਨ ਮੱਥਾ ਟੇਕ ਕੇ ਨਾ ਜਾਈ, ਕੇਵਲ ਮੱਘਰ ਦੀ ਸੰਗਰਾਂਦ ਵਾਲੇ ਦੇਣੀ ਸਤਸੰਗ ਨਾ ਕਰੀ। ਮੰਗਣ ਪ੍ਰਭ ਆਰਾਧਣਾ, ਬਹੁੜਨਾ ਜਨਮੜੀਆਂ, ਮੰਗਰ ਦੇ ਮਹੀਨੇ ਅੰਦਰ ਸਤਸੰਗ ਕਰੀ, ਸਤਸੰਗ ਰੂਪੀ ਸਹੇਲੀਆਂ ਨਾਲ ਜੁੜੀਆਂ ਰਹੀ, ਤੇਰੇ ਜਨਮ ਮਰਨ ਦਾ ਚੱਕਰ ਵੀ ਖਤਮ ਹੋ ਜਾਏਗਾ, ਤੇਰਾ ਦੁੱਖ ਖਤਮ ਹੋ ਜਾਏਗਾ। ਸਾਹਿਬ ਕਿਰਪਾ ਕਰੇ, ਜਿਸ ਤਰੀਕੇ ਦੇ ਨਾਲ ਸਾਹਿਬ ਜੀ ਨੇ ਮੱਘਰ ਦਾ ਮਹੀਨਾ ਬਤੀਤ ਕਰਨ ਦੀ ਤਗੀਦ ਕੀਤੀ ਹੈ, ਜੋ ਮੱਘਰ ਦੇ ਮਹੀਨੇ ਰਾਹੀਂ ਮੈਸੇਜ ਦਿੱਤਾ ਹੈ, ਉਹ ਲਾਈਫ ਦਾ ਇੱਕ ਹਿੱਸਾ ਬਣ ਸਕੇ, ਉਹ ਸਾਡੀ ਜੀਵਨ ਦੀ ਪੱਧਤੀ ਬਣ ਸਕੇ। ਗੁਰੂ ਕਿਰਪਾ ਕਰੇ, ਅਗਲਾ ਪ੍ਰੋਗਰਾਮ ਜੋ ਹੈ ਸਤਿਕਾਰਯੋਗ ਗੁਰੂ ਕੇ ਕੀਰਤਨੀਏ ਪਹੁੰਚ ਚੁੱਕੇ ਨੇ, ਸ਼ਬਦ ਚੌਂਕੀ ਜਥੇ ਵੱਲੋਂ ਹਰ ਮਹੀਨੇ ਦੀ ਤਰ੍ਹਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਯੋਗ ਦੁਆਰਾ ਪ੍ਰੋਗਰਾਮ ਕੀਤਾ ਜਾਂਦਾ ਹੈ ਸੰਗਰਾਂਦ ਦਾ। ਸਤਿਕਾਰਯੋਗ ਗੁਰੂ ਕਿਆਂ ਨੂੰ ਜੀ ਆਇਆਂ ਆਖਿਆ ਜਾਂਦਾ, ਇਹਨਾਂ ਤੋਂ ਉਪਰੰਤ ਤਕਰੀਬਨ 9:15 ਤੋਂ ਲੈ ਕੇ 10:30 ਵਜੇ ਤੱਕ ਭਾਈ ਕਰਨੈਲ ਸਿੰਘ ਜੀ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਆਪ ਜੀ ਦੇ ਦਰਸ਼ਨ ਕਰਨਗੇ। ਮੈਂ ਸਤਿਕਾਰਯੋਗ ਗੁਰੂ ਕਿਆਂ ਨੂੰ ਬੇਨਤੀ ਕਰਦਾ ਕਿ ਉਸ ਸਟੇਜ 'ਤੇ ਆ ਕੇ ਗੁਰੂ ਕਿਆਂ ਸੰਗਤਾਂ ਨੂੰ ਅੰਮ੍ਰਿਤ ਕੀਰਤਨ ਦੁਆਰਾ ਗੁਰੂ ਚਰਨਾਂ ਨਾਲ ਜੋੜਨ। ਇੱਥੇ ਦੀਆਂ ਸੰਗਤਾਂ ਵੱਲੋਂ, ਪ੍ਰਬੰਧ ਵੱਲੋਂ, ਸ਼ਬਦ ਚੌਂਕੀ ਜਥੇ ਵੱਲੋਂ ਜਥਾ ਰਾਗੀ ਜਥਾ ਸਾਹਿਬ ਜੀ ਨੂੰ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।